ਸਤਿਕਾਰ ਯੋਗ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਿਲ ਕੇ ਮੇਰੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਗੁਰਗੱਦੀ ਦਿਵਸ ਪਿਛਲੇ ਕਈ ਦਿਨਾਂ ਤੋਂ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਮਨਾ ਰਹੇ ਹਾਂ। ਗੁਰਬਾਣੀ ਵਿੱਚ ਆਇਆ ਹੈ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਂ। ਸੇਵਾ ਕੀਤੀ ਮੇਰੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ, ਇੱਕ ਦਿਨ ਨਹੀਂ ਕੀਤੀ, ਦੋ ਦਿਨ ਨਹੀਂ ਕੀਤੀ, 50 ਦਿਨ ਨਹੀਂ ਕੀਤੀ, 100 ਦਿਨ ਨਹੀਂ ਕੀਤੀ, 1 ਸਾਲ ਵੀ ਨਹੀਂ ਕੀਤੀ, 2 ਸਾਲ ਵੀ ਨਹੀਂ ਕੀਤੀ, ਪੂਰੇ 12 ਸਾਲ ਬਿਆਸਾ ਨਦੀ ਤੋਂ ਪਾਣੀ ਦੀ ਗਾਗਰ ਲਿਆਣੀ ਔਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ਼ਨਾਨ ਕਰਾਉਣਾ, ਲਗਾਤਾਰ 12 ਸਾਲ ਸੇਵਾ ਕਰਨ ਤੋਂ ਬਾਅਦ ਅੱਜ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਵਕਤ ਡਿੱਗੇ ਔਰ ਜੁਲਾਈ ਨੇ ਕਹਿ ਦਿੱਤਾ ਇਹ ਉਹੀ ਅਮਰੂਨੀ ਥਾਵਾਂ ਹੋਣਾ ਹੈ, ਪਰ ਗੁਰੂ ਮਹਾਰਾਜ ਜੀ ਨੇ ਕੁਛ ਨਹੀਂ ਕਿਹਾ। ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲ ਪਹੁੰਚੇ ਤਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਣੀ ਗਲਕੜੀ ਵਿੱਚ ਲੈ ਲਿਆ ਔਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੁੱਦੀ ਬਖਸ਼ ਦਿੱਤੀ। ਕਿਉਂਕਿ ਮੈਂ ਮਜ਼ਬੂਰ ਨਹੀਂ ਬਣਾਉਣਾ, ਸਾਡੇ ਕੋਲ ਕਵੀ ਸੱਜਣ ਆਏ ਬੈਠੇ ਹਨ, ਮੈਂ ਕੋਈ ਲੰਬਾ ਮਜ਼ਬੂਰ ਨਹੀਂ ਬਣਾਉਣਾ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੁੱਦੀ ਬਖਸ਼ ਦਿੱਤੀ ਔਰ ਕਿਹਾ ਅਮਰੂ ਨਿਥਾਵਾਂ ਨਹੀਂ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 9 ਵਰ ਦਿੱਤੇ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ, ਗੁਰੂ ਅਮਰਦਾਸ ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਿਰ, ਨਿਰਲੱਜਿਆਂ ਦੀ ਲੱਜ ਔਰ ਜਿਸ ਕਿਸੇ ਨੂੰ ਕਿਸੇ ਵੀ ਥਾਂ ਤੇ ਢੋਈ ਨਾ ਮਿਲੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਤੇ ਆਏ ਔਰ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਲੈ ਜਾਏ, ਇਹ ਵਰ ਦੇ ਦਿੱਤੇ। ਹੁਣ ਗੁਰੂ ਮਹਾਰਾਜ ਜੀ ਗੱਦੀ ਤੇ ਬਿਰਾਜਮਾਨ ਹਨ, ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਬਖਸ਼ਿਸ਼ਾਂ ਪ੍ਰਾਪਤ ਕਰਨ ਵਾਸਤੇ ਆ ਰਹੀਆਂ ਹਨ। ਬਸ ਮੇਰੀ ਕਵਿਤਾ ਇੱਥੋਂ ਸ਼ੁਰੂ ਹੈ। ਅੱਜ ਸਾਰੀਆਂ ਸੰਗਤਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਆਪਣੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਲੈ ਜਾਣੀਆਂ ਹਨ। ਧਿਆਨ ਦੇਣਾ ਨੂਰ ਜੀ, ਕਿਉਂਕਿ ਸਾਡੇ ਸਤਿਕਾਰਯੋਗ ਨੂਰ ਜੀ ਨੇ, ਸਰਦਾਰ ਕਰਮਜੀਤ ਸਿੰਘ ਜੀ ਨੂਰ, ਇਹਨਾਂ ਦੀ ਮਿਹਨਤ ਦੇ ਨਾਲ ਇਹ ਸਾਰੇ ਸਿਰਮੋਰ ਕਵੀ ਸਾਡੇ ਕੋਲ ਇੱਥੇ ਪਹੁੰਚੇ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਹਨ।
ਮੁਕਤੀ ਦਾਤਾ ਚੌਰਾਸੀਆਂ ਕੱਟਣ ਵਾਲੇ ਬਾਸਰ ਕੇ ਚੁੰਮਾ ਕੇ ਖੰਡੂਰ ਚੁੰਮਾ ਮੁਕਤੀ ਦਾਤਾ ਚੌਰਾਸੀਆਂ ਕੱਟਣ ਵਾਲੇ ਬਾਸਰ ਕੇ ਚੁੰਮਾ ਕੇ ਖੰਡੂਰ ਚੁੰਮਾ ਲੱਖਾਂ ਰੋਗੀਆਂ ਨੂੰ ਗਲੇ ਲਗਾਉਣ ਵਾਲੇ ਤੇਰੀ ਗਾਗਰ ਚੋਂ ਝਲਕਦਾ ਨੂਰ ਚੁੰਮਾ ਚੁੰਮਾ ਤੇਰੇ ਚਰਨਾਂ ਦੇ ਪਾਕ ਜ਼ਰਰੇ ਤੇਰੇ ਜੋੜੇ ਚ ਜੜੇ ਕੋਹੇ ਨੂਰ ਚੁੰਮਾ ਜਿਹੜੀਆਂ ਤੇਰੇ ਚਰਨਾਂ ਤੋਂ ਜਾਣ ਸਦਕੇ ਉਹਨਾਂ ਸੰਗਤਾਂ ਦੇ ਚਰਨਾਂ ਦੀ ਧੂਲ ਚੁੰਮਾ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕੁੱਲ ਦੁਨੀਆ ਆ ਤੇਰੇ ਦਰ ਤੇ ਨਿਉ ਨਿਉ ਕੇ ਪਈ ਸੀਸ ਝੁਕਾਵੇ। ਕੁੱਲ ਦੁਨੀਆ ਆ ਤੇਰੇ ਦਰ ਤੇ ਨਿਉ ਨਿਉ ਕੇ ਪਈ ਸੀਸ ਝੁਕਾਵੇ। ਕੋਈ ਵੀ ਦਰ ਤੋਂ ਜਾਏ ਨਾ ਖਾਲੀ ਮਨ ਇੱਛੇ ਸੋਈ ਫਲ ਪਾਵੇ। ਕੱਟੀ ਜਾਏ ਚੌਰਾਸੀ ਉਹਦੀ ਜੋ ਬੋਲੀ ਵਿੱਚ ਟੁੱਬੇ ਲਾਵੇ। ਤੇਰੇ ਦਰ ਦੀ ਧੂੜ ਲੈ ਸਤਿਗੁਰੂ ਜਨਮ ਜਨਮ ਦੇ ਰੋਗ ਗਵਾਵੇ। ਤੂੰ ਨਾਨਕ ਦੀ ਜੋਤ ਨਿਰਾਨੀ ਹਰ ਜੀਭਾ ਜਸ ਤੇਰਾ ਗਾਵੇ। ਤੂੰ ਨਾਨਕ ਦੀ ਜੋਤ ਨਿਰਾਨੀ ਹਰ ਜੀਭਾ ਜਸ ਤੇਰਾ ਗਾਵੇ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ। ਊਚ ਨੀਚ ਦਾ ਭੇਦ ਮਿਟਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਭੇਦ ਮਿਟਾਇਆ। ਊਚ ਨੀਚ ਦਾ ਊਚ ਨੀਚ ਦਾ ਭੇਦ ਮਿਟਾ ਕੇ ਕੱਠਿਆਂ ਬਹਿ ਕੇ ਖਾਣਾ ਦੱਸਿਆ ਨਿਰਮਤਾਈ ਦੇ ਨਾਲ ਸਿਦਕ ਦੇ ਸੱਚਾ ਰੱਬ ਰਿਜਾਣਾ ਦੱਸਿਆ। ਵੈਰ ਕੱਢ ਕੇ ਵੀਰਾਂ ਵਿੱਚੋਂ ਸਭ ਨੂੰ ਗਲੇ ਲਗਾਣਾ ਦੱਸਿਆ। ਇੱਕ ਓਮਕਾਰ ਦਾ ਸਬਕ ਸਿਖਾ ਕੇ ਜੀਵਨ ਅਮਰ ਬਣਾਉਣਾ ਦੱਸਿਆ। ਅਕਬਰ ਸ਼ਾਹ ਵੀ ਤੱਕ ਕੇ ਮਹਿਮਾ ਆਪਣੇ ਮੂੰਹੋਂ ਬੋਲ ਸੁਣਾਵੇ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ। ਕਵਿਤਾ ਦਾ ਆਖਰੀ ਬੰਦ ਅਮਰਦਾਸ ਨੂੰ ਲੱਗਦੇ ਪੰਜ ਅੱਖਰ ਪੰਜਾਂ ਵਿੱਚ ਪਰਮੇਸ਼ਵਰ ਪ੍ਰਵਾਨ ਉਹਦਾ ਆਖਰੀ ਸ਼ੇਰ ਕਹਿ ਰਿਹਾ। ਅਮਰਦਾਸ ਨੂੰ ਲੱਗਦੇ ਪੰਜ ਅੱਖਰ ਪੰਜਾਂ ਵਿੱਚ ਪਰਮੇਸ਼ਵਰ ਪ੍ਰਵਾਨ ਉਹਦਾ ਸੇਵਾ ਸਿਦਕ ਸੰਤੋਖ ਸਤਕਾਰ ਸਿਮਰਨ ਪੰਜਾਂ ਸਸਿਆਂ ਵਿੱਚ ਸਨਮਾਨ ਉਹਦਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜੇ ਪੰਜਾਂ ਉੱਤੇ ਸੀ ਭਾਰੂ ਮਹਾਨ ਯੋਧਾ ਸਤਲੁਜ ਬਿਆਸ ਤੇ ਰਾਵੀ ਚਨਾਬ ਜੈਬਲ ਪੰਜ ਦਰੀਆਂ ਪੰਜਾਬ ਸਥਾਨ ਉਹਦਾ ਪਰ ਉਪਕਾਰੀ ਮਹਾਦਿਆਲੂ ਤੇਰਾ ਕੋਈ ਵੀ ਅੰਤ ਨਾ ਪਾਵੇ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਪਰ ਉਪਕਾਰੀ ਮਹਾਦਿਆਲੂ ਤੇਰਾ ਕੋਈ ਵੀ ਅੰਤ ਨਾ ਪਾਵੇ। ਸਾਰੇ ਆਖੋ ਨਾ ਭਾਈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਇਹਨੇ ਅੱਖਰ ਕਹਿੰਦਾ ਹੋਇਆ ਦਾਸ ਸ਼ਮਾ ਦਾ ਯਾਚਕ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।